ਪੰਜਾਬ ਦੇ ਇਸ ਥਾਂ ਤੇ ਹੈ ਭਗਵਾਨ ਰਾਮ ਦਾ ਨਾਨਕਾ। ਇਤਿਹਾਸ ਦੇ ਮੁਤਾਬਕ ਕੌਸ਼ਲ ਰਾਜ ਚ ਆਉਂਦਾ ਸੀ ਇਹ ਪਿੰਡ। ਕੌਸ਼ਲ ਨਰੇਸ਼ ਦੀ ਭਤੀਜੀ ਸਨ ਮਾਤਾ ਕੌਸ਼ਲਿਆ। ਰਾਜਾ ਦਸ਼ਰਥ ਇਸੇ ਪਿੰਡ ਦੇ ਵਿੱਚ ਲੈ ਕੇ ਆਏ ਸਨ ਬਰਾਤ। ਇਸੇ ਥਾਂ ਤੇ ਹੋਇਆ ਸੀ ਰਾਜਾ ਦਸ਼ਰਥ ਤੇ ਰਾਣੀ ਕੌਸ਼ਲਿਆ ਦਾ ਵਿਆਹ। ਗਰਭਵਤੀ ਰਾਣੀ ਕੌਸ਼ਲਿਆ ਆਏ ਸਨ ਆਪਣੇ ਪੇਕੇ। ਇਸੇ ਪਿੰਡ ਚ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਹੋਇਆ ਸੀ ਜਨਮ। ਕਿਸੇ ਵੇਲੇ ਇੱਥੇ ਬਹੁਤ ਵੱਡਾ ਕਿਲਾ ਹੁੰਦਾ ਸੀ, ਪਰ ਹੁਣ ਦੁੱਖ ਦੀ ਖਬਰ ਹੈ ਕਿ ਖੰਡਰ ਬਣ ਚੁੱਕਿਆ ਹੈ। ਇਸ ਟੁੱਟੇ ਹੋਏ ਕਿਲੇ ਅੰਦਰ ਹਾਲੇ ਵੀ ਇੱਕ ਮੰਦਿਰ ਬਣਿਆ ਹੈ। ਮੰਦਿਰ ਚ ਸਥਾਪਿਤ ਹੈ ਮਾਤਾ ਕੌਸ਼ਲਿਆ ਅਤੇ ਬਾਲ ਰੂਪ ਸ਼੍ਰੀ ਰਾਮ ਚੰਦਰ ਦੀ ਮੂਰਤ। ਸਮੇਂ ਦੇ ਥਪੇੜਿਆਂ ਤੋਂ ਬਾਅਦ ਖੰਡਰ ਬਣ ਗਈ ਇਹ ਇਤਿਹਾਸਿਕ ਜਗ੍ਹਾ। ਹਿੰਦੂ ਸੰਗਠਨਾਂ ਤੱਕ ਪਹੁੰਚਾਓ ਇਹ ਵੀਡੀਓ ਤਾਂ ਕਿ ਇਸ ਥਾਂ ਦੀ ਮੁਰੰਮਤ ਹੋਵੇ ਅਤੇ ਆਪਣੇ ਇਤਿਹਾਸ ਨੂੰ ਸਮੇਂ ਸਿਰ ਸੰਭਾਲ ਲਿਆ ਜਾਵੇ। ਤਸਵੀਰਾਂ ਤੁਹਾਨੂੰ ਦਿਖਾਈਆਂ ਪਟਿਆਲੇ ਦੀਆਂ, ਜਿੱਥੇ ਇੱਕ ਪਿੰਡ ਜੋ ਕਿ ਭਗਵਾਨ ਰਾਮ ਦੇ ਜਨਮ ਕਰਕੇ ਮਸ਼ਹੂਰ ਹੈ। ਮੌਕੇ ਤੇ ਸਾਡੇ ਪੱਤਰਕਾਰ ਮੌਜੂਦ ਨੇ, ਆਓ ਜਾਣਦੇ ਹਾਂ ਕਿ ਇਸ ਪਿੰਡ ਦਾ ਭਗਵਾਨ ਰਾਮ ਦੇ ਨਾਲ ਕੀ ਇਤਿਹਾਸ ਜੁੜਿਆ। 22 ਜਨਵਰੀ ਨੂੰ ਅਯੁੱਧਿਆ ਦੇ ਵਿੱਚ ਭਗਵਾਨ ਸ਼੍ਰੀ ਰਾਮ ਦੇ ਜਨਮ ਸਥਾਨ ਦੇ ਉੱਪਰ ਪ੍ਰਾਣ ਪ੍ਰਤਿਸ਼ਠਾ ਹੋਣ ਜਾ ਰਹੀ ਹੈ। ਪੂਰੇ ਦੇਸ਼ ਦੇ ਵਿੱਚ ਹਰਸ਼ੋ ਉਲਾਸ ਦਾ ਮਾਹੌਲ ਹੈ ਅਤੇ ਉਸ ਤੋਂ ਦੂਰ ਪਟਿਆਲਾ ਜ਼ਿਲ੍ਹੇ ਦਾ ਇੱਕ ਛੋਟਾ ਜਿਹਾ ਪਿੰਡ ਘੜਾਮ, ਜਿਸ ਨੂੰ ਕਿ ਘੁਰ ਰਾਮ ਯਾਨੀ ਕਿ ਰਾਮ ਦਾ ਘਰ ਕਿਹਾ ਜਾਂਦਾ ਸੀ, ਉਸ ਨੂੰ ਇਸ ਕਰਕੇ ਵੀ ਜਾਣਿਆ ਜਾਂਦਾ ਕਿਉਂਕਿ ਭਗਵਾਨ ਸ਼੍ਰੀ ਰਾਮ ਚੰਦਰ ਦਾ ਜਨਮ ਉਸ ਜਗ੍ਹਾ ਦੇ ਉੱਪਰ, ਉਸ ਸਥਾਨ ਦੇ ਉੱਪਰ ਹੋਣ ਦੀ ਗੱਲ ਕਹੀ ਜਾਂਦੀ ਹੈ। ਮੈਂ ਉਸ ਜਗ੍ਹਾ ਦੇ ਉੱਪਰ ਮੌਜੂਦ ਹਾਂ। ਸਾਹਮਣੇ ਤੁਸੀਂ ਦੇਖੋ ਕਿ ਮੰਦਿਰ ਮਾਤਾ ਕੌਸ਼ਲਿਆ ਦੇਵੀ ਜੀ ਯਾਨੀ ਕਿ ਮਾਤਾ ਕੌਸ਼ਲਿਆ ਜੀ ਦਾ ਜਿਹੜਾ ਮੰਦਿਰ ਹੈ ਉਹ ਇਸ ਜਗ੍ਹਾ ਦੇ ਉੱਪਰ ਹੈ ਅਤੇ ਅੰਦਰ ਤੁਸੀਂ ਦੇਖੋਗੇ ਕਿ ਮਾਤਾ ਕੌਸ਼ਲਿਆ ਜੀ ਦੀ ਇੱਕ ਮੂਰਤੀ ਅਤੇ ਉਸ ਦੀ ਗੋਦ ਦੇ ਵਿੱਚ ਬੈਠੇ ਭਗਵਾਨ ਸ਼੍ਰੀ ਰਾਮ ਚੰਦਰ, ਇੱਕ ਬਾਲ ਸਰੂਪ ਜਿਹੜਾ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਉਹ ਇੱਥੇ ਨਜ਼ਰ ਆਉਂਦਾ। ਮਾਤਾ ਕੌਸ਼ਲਿਆ ਜੀ ਮੰਦਿਰ ਦੇ ਵਿੱਚ ਉਹਨਾਂ ਦੀ ਜਿਹੜੀ ਮੂਰਤੀ ਹੈ ਉਹ ਸੁਸ਼ੋਭਿਤ ਹੈ। ਇੱਕ ਪ੍ਰਾਚੀਨ ਮੰਦਿਰ ਜਿਸ ਨੂੰ ਇੱਕ ਕੌਸ਼ਲ ਨਰੇਸ਼ ਦਾ ਕਿਲਾ ਵੀ ਕਿਹਾ ਜਾਂਦਾ ਉਹ ਇਸ ਜਗ੍ਹਾ ਦੇ ਵਿੱਚ ਹੈ ਅਤੇ ਬਹੁਤ ਹੀ ਇਹ ਜਿਹੜੀ ਪੁਰਾਣੀ ਬਿਲਡਿੰਗ ਹੈ ਅਸੀਂ ਉੱਥੇ ਮੌਜੂਦ ਹਾਂ, ਜਿਸ ਦੇ ਵਿੱਚ ਭਗਵਾਨ ਸ਼੍ਰੀ ਰਾਮ ਮਾਤਾ ਕੌਸ਼ਲਿਆ ਜੀ ਦੀ ਗੋਦ ਦੇ ਵਿੱਚ ਬਾਲ ਰੂਪ ਦੇ ਵਿੱਚ ਬਿਰਾਜਮਾਨ ਨੇ। ਮੇਰੇ ਨਾਲ ਇਸ ਜਗ੍ਹਾ ਦੇ ਜਿਹੜੇ ਸੇਵਾਦਾਰ ਨੇ ਮਲੂਕ ਸਿੰਘ ਉਹ ਮੌਜੂਦ ਨੇ, ਉਹਨਾਂ ਨਾਲ ਗੱਲ ਕਰ ਲੈਂਦੇ ਹਾਂ। ਮਲੂਕ ਸਿੰਘ ਜੀ, ਕਿੰਨੀ ਕੁ ਮਾਨਤਾ ਇਸ ਜਗ੍ਹਾ ਦੀ?
ਇਹ ਬਹੁਤ ਜ਼ਿਆਦਾ ਮਾਨਤਾ ਜੀ, ਪਹਿਲਾਂ ਤਾਂ ਨਹੀਂ ਹੈ ਨਹੀਂ ਸੀ, ਹੁਣ ਮਾਨਤਾ ਕਿ ਉਹ ਸ਼੍ਰੀ ਰਾਮ ਚੰਦਰ ਜੀ ਦੇ ਨਾਨਕਿਆਂ ਦਾ ਘਰ ਅਯੁੱਧਿਆ 'ਚ ਪਿਓ ਦਾ ਘਰ ਸੀ, ਹੁਣ ਜਿਹੜਾ ਪੇਕੇ ਘਰ ਹੈ ਨਾਨਕੇ ਘਰ ਹੈ ਉਹ ਕੁੜਾਮ ਦੇ ਵਿੱਚ ਹੈ ਜੀ। ਹਾਂਜੀ, ਅਤੇ ਇਹ ਸਾਹਮਣੇ ਕਿਸ ਤਰ੍ਹਾਂ ਆਇਆ ਜਿਹੜਾ ਮੰਦਰ ਦੀ ਜਗ੍ਹਾ ਹੈਗੀ ਹੈ, ਇਸ ਨੂੰ ਭਗਵਾਨ ਰਾਮ ਚੰਦਰ ਜੀ ਦਾ ਨਾਨਕਾ ਕਿਵੇਂ ਕਿਹਾ ਜਾਂਦਾ? ਇਹ ਕੌਸ਼ਲ ਨਰੇਸ਼ ਜੀ ਅਤੇ ਰਾਜਾ ਕੋ ਰਾਮ ਜੀ ਅਤੇ ਹਨੂਮੰਤ ਜੀ ਅਤੇ ਉਹਨਾਂ ਦਾ ਘਰ ਸੀ ਅਤੇ ਇਹਨਾਂ ਦੀ ਬੇਟੀ ਮਾਤਾ ਕੁਸ਼ਲਿਆ ਅਤੇ ਸ਼੍ਰੀ ਰਾਮ ਚੰਦਰ ਜੀ ਦੇ ਨਾਨਕੇ ਦਾ ਘਰ। ਯਾਨੀ ਕਿ ਇਹ ਕਿਹਾ ਜਾਂਦਾ, ਕਹਿੰਦੇ ਇਤਿਹਾਸ ਦੇ ਵਿੱਚ ਗੱਲਾਂ ਦਰਜ ਨੇ ਕਿ ਜਿਹੜੇ ਮਹਾਰਾਜਾ ਦਸ਼ਰਥ ਸੀਗੇ ਉਹ ਇਸ ਜਗ੍ਹਾ ਦੇ ਉੱਪਰ ਬਰਾਤ ਲੈ ਕੇ ਮਾਤਾ ਕੌਸ਼ਲਿਆ ਜੀ ਨੂੰ ਵਿਆਹੁਣ ਦੇ ਲਈ ਆਏ ਸੀ, ਇਹ ਗੱਲ ਵੀ ਸੱਚੀ ਹੈ? ਹਾਂਜੀ ਜੀ, ਕਿਉਂਕਿ ਗੁਰਦੁਆਰਾ ਮਲਾਪਸਰ ਸਾਡੇ ਇੱਥੋਂ 1 ਕਿਲੋਮੀਟਰ ਦੂਰ ਹੈ ਜੀ, ਜਿੱਥੇ ਕਿ ਉਹਨਾਂ ਦੀ ਬਰਾਤ ਠਹਿਰੀ ਸੀ ਜੀ। ਇਹ ਰਾਜਾ ਕੌਸ਼ਲ ਨਰੇਸ਼ ਅਤੇ ਕੋ ਰਾਮ ਉਹਨਾਂ ਨੇ ਉੱਥੇ ਬੋਲੀ ਬਣਾਈ ਜਿੱਥੇ ਕਿ ਹੁਣ ਸਥਿਤ ਗੁਰਦੁਆਰਾ ਮਲਾਪਸਰ ਹੈ, ਉਸ ਜਗ੍ਹਾ ਤੇ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਜੀ ਵੀ ਇੱਕ ਵਾਰੀ ਚਰਨ ਪਾਏ ਸੀ ਪਰਿਵਾਰ ਦੇ ਨਾਲ ਜਿਸ ਜਗ੍ਹਾ ਤੇ। ਹਾਂਜੀ ਜੀ, ਉਹ ਜਗ੍ਹਾ ਵੀ ਹੈ ਉੱਥੇ ਜਗ੍ਹਾ। ਅਸਲ ਤੁਸੀਂ ਦੇਖੋ ਕਿ ਮਲੂਕ ਸਿੰਘ ਜੀ ਨੇ, ਸੇਵਾਦਾਰ ਨੇ ਇਸ ਜਗ੍ਹਾ ਦੇ, ਤਾਂ ਇਹ ਪੂਰੀ ਜਿਹੜੀ ਇਮਾਰਤ ਹੈ ਤੁਹਾਨੂੰ ਦਿਖਾ ਦਈਏ ਕਿ ਬੜੀ ਪੁਰਾਣੀ ਇਮਾਰਤ ਹੈ, 4-4 ਫੁੱਟ ਦੀਆਂ ਇਹਦੀਆਂ ਜਿਹੜੀਆਂ ਕੰਧਾਂ ਨੇ ਔਰ 5-5 ਫੁੱਟ ਤੱਕ ਦੀ ਇੱਕ ਦੀਵਾਰ ਹੈ। ਯਾਨੀ ਕਿ ਇਸ ਪੂਰੀ ਜੇਕਰ ਤੁਸੀਂ ਇਮਾਰਤ ਨੂੰ ਦੇਖੋ ਤਾਂ ਸੈਂਕੜੇ ਸਾਲ ਪੁਰਾਣੀ ਇਹ ਇਤਿਹਾਸਿਕ ਇਮਾਰਤ ਹੈ, ਜਿਸ ਦੇ ਵਿੱਚ ਪਹਿਲਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਸਵਰੂਪ ਵੀ ਬਿਰਾਜਮਾਨ ਸੀ ਅਤੇ ਉਸ ਤੋਂ ਬਾਅਦ ਉਹਨਾਂ ਨੂੰ ਇੱਥੋਂ ਦੂਸਰੇ ਗੁਰੂ ਘਰ ਦੇ ਵਿੱਚ ਸੁਸ਼ੋਭਿਤ ਕੀਤਾ ਗਿਆ। ਪਰ ਪੂਰੀ ਜਿਹੜੀ ਇਮਾਰਤ ਹੈ ਉਹ ਇੱਕ ਕਿਲੇ ਦੇ ਰੂਪ 'ਚ ਹੈ। ਹੇਠਾਂ ਜੇ ਤੁਹਾਨੂੰ ਦੱਸੀਏ ਤਾਂ ਇਸ ਜਗ੍ਹਾ ਦੇ ਵਿੱਚ ਇਹ ਪਾਣੀ ਰੱਖਣ ਦਾ ਇੱਕ ਸਥਾਨ ਬਣਾਇਆ ਗਿਆ, ਜਿਸ ਤਰ੍ਹਾਂ ਤਲਾਬ ਹੁੰਦਾ ਸੀ। ਅਤੇ ਜਦੋਂ ਬਾਹਰ ਇਸ ਜਗ੍ਹਾ ਦੇ ਉੱਪਰ ਅਸੀਂ ਤੁਹਾਨੂੰ ਦੱਸਾਂਗੇ ਤਾਂ ਦੇਖਿਆ ਜਾਵੇਗਾ ਕਿ ਇੰਨੀ ਵੱਡੀ ਉੱਚੀ ਜਗ੍ਹਾ ਦੇ ਉੱਪਰ ਇਹ ਇਮਾਰਤ ਬਣੀ ਹੈ, ਜਿਸ ਨੂੰ ਕਿਲ੍ਹਾ ਕਿਹਾ ਗਿਆ। ਤੁਸੀਂ ਦੇਖੋ ਕਿ ਇਹ ਪੂਰਾ ਜਿਹੜਾ ਇਹ ਇਮਾਰਤ ਹੈ ਇਸ ਨੂੰ ਹੁਣ ਦਰਵਾਜ਼ਿਆਂ ਦੇ ਨਾਲ ਬੰਦ ਕੀਤਾ ਗਿਆ, ਪਰ ਫਿਰ ਵੀ ਲੋਕ ਇਸ ਜਗ੍ਹਾ ਦੇ ਉੱਪਰ ਨਤਮਸਤਕ ਹੋਣ ਦੇ ਲਈ ਆਉਂਦੇ ਨੇ। ਸਾਂਭ ਸੰਭਾਲ ਦੀ ਜੇ ਗੱਲ ਕਰੀਏ ਤਾਂ ਭਾਰਤੀ ਪੁਰਾਤੱਤਵ ਵਿਭਾਗ ਦੇ ਵੱਲੋਂ ਇਸ ਇਮਾਰਤ ਨੂੰ ਆਪਣੇ ਅਧੀਨ ਕੀਤਾ ਗਿਆ, ਪਰ ਜਿਹੜੀਆਂ ਸੁਵਿਧਾਵਾਂ ਨੇ ਜਾਂ ਇਸ ਦੀ ਜਿਹੜੀ ਦੇਖ ਰੇਖ ਹੈ ਉਹ ਨਾ ਮਾਤਰ ਹੈ, ਜਿਸ ਕਰਕੇ ਇਹ ਜਿਹੜੀ ਪੂਰੀ ਬਿਲਡਿੰਗ ਹੈ ਉਹ ਵੀ ਜ਼ਰਜ਼ਰ ਹਾਲਤ ਦੇ ਵਿੱਚ ਹੈ। ਬਾਹਰ ਆਉਂਦੇ ਹਾਂ ਅਤੇ ਤੁਹਾਨੂੰ ਜਦੋਂ ਬਾਹਰ ਇਸ ਇਮਾਰਤ ਦਾ ਦ੍ਰਿਸ਼ ਦਿਖਾਵਾਂਗੇ ਤਾਂ ਤੁਸੀਂ ਦੇਖੋ ਕਿ ਇਹ ਪੂਰਾ ਇੱਕ ਕਿਲ੍ਹਾ, ਇਸ ਕਿਲ੍ਹੇ ਰੂਪੀ ਜਗ੍ਹਾ ਦੇ ਉੱਪਰ ਇਹ ਇੱਕ ਮੰਦਰ ਬਣਿਆ ਹੋਇਆ ਜਿਸ ਦੇ 4 ਦਰਵਾਜ਼ੇ ਨੇ। ਉਸ ਜਗ੍ਹਾ ਨੂੰ ਦੇਖਾਂਗੇ ਕਿ ਇਹ ਪੂਰੀ ਜਗ੍ਹਾ ਜਿਸ ਦੀ ਦੇਖ ਰੇਖ ਨਹੀਂ ਹੋ ਰਹੀ ਅਤੇ ਹਰ ਵਾਰ ਜਦੋਂ ਬਾਰਿਸ਼ ਮੀਂਹ ਆਉਂਦੇ ਨੇ ਤਾਂ ਇਹ ਜਗ੍ਹਾ ਦਾ ਨੁਕਸਾਨ ਹੋ ਜਾਂਦਾ, ਖੰਡਰ ਸਾਫ਼ ਨਜ਼ਰ ਆ ਰਹੇ ਨੇ। ਸੋ ਜਿਸ ਤਰ੍ਹਾਂ ਅਯੁੱਧਿਆ ਦੇ ਵਿੱਚ ਭਗਵਾਨ ਸ਼੍ਰੀ ਰਾਮ ਚੰਦਰ ਜੀ ਦਾ ਮੰਦਰ ਬਣ ਰਿਹਾ, ਉਸੇ ਤਰ੍ਹਾਂ ਇਹ ਜਗ੍ਹਾ ਵੀ ਹੈ ਜਿਹੜੀ ਜਿਸ ਨੂੰ ਕਿ ਸ਼੍ਰੀ ਰਾਮ ਚੰਦਰ ਜੀ ਦਾ ਜਨਮ ਸਥਾਨ ਕਿਹਾ ਜਾਂਦਾ, ਉਸ ਦੀ ਵੀ ਸਾਂਭ ਸੰਭਾਲ ਦੀ ਬਹੁਤ ਲੋੜ ਹੈ। 21 ਔਰ 22 ਜਨਵਰੀ ਨੂੰ ਇਸ ਜਗ੍ਹਾ ਦੇ ਉੱਪਰ ਸਮਾਗਮ ਵੀ ਕੀਤੇ ਜਾਣਗੇ, ਪਰ ਉਸ ਤੋਂ ਬਾਅਦ ਜ਼ਰੂਰਤ ਹੈ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਨਾਲ ਜੁੜੇ ਹੋਏ ਇਸ ਸਥਾਨ ਨੂੰ ਸੰਭਾਲਣ ਦੀ। ਪਟਿਆਲਾ ਜ਼ਿਲ੍ਹੇ ਦੇ ਪਿੰਡ ਘੜਾਮ ਤੋਂ ਮਨੋਜ ਸ਼ਰਮਾ, ਨਿਊਜ਼ 18 ਪੰਜਾਬ।